ਲਾਹੌਰ ਦੀ ਕਹਾਣੀ ਲੇਖਕ ਜਸਵੰਤ ਸਿੰਘ ਕਵਲ ਲਾਹੌਰ ਦੀ ਤਾਰੀਖ ਨੇ ਬੜੇ ਪਲ ਸੇਟੇ ਖਾਦੇ ਦੁੱਲੇ ਪੱਟੀ ਅਤੇ ਉਸਦੇ ਬਾਪ ਨੂੰ ਅਕਬਰ ਨੇ ਨਖਾਸ ਬਾਜ਼ਾਰ ਫਾਹੇ ਲਾ ਦਿੱਤਾ ਸੀ ਗੁਰੂ ਅਰਜਨ ਦੇਵ ਨੂੰ ਜਹਾਂਗੀਰ ਨੇ ਤਸੀਹੇ ਦੇ ਕੇ ਰਾਵੀ ਦਰਿਆ ਦੀ ਪੇਟਾ ਕਰ ਦਿੱਤਾ ਬੇਗੁਨਾ ਅਨਾਰਕਲੀ ਜਿਉਂ ਦੀ ਪੱਥਰਾਂ ਹੇਠ ਦਬਾ ਦਿੱਤੀ ਗਈ ਨੂਰਜਹਾਨ ਨੂੰ ਵੀ ਲਾਹੌਰ ਨੇ ਆਪਣੀ ਗੋਦੀ ਵਿੱਚ ਦਫਨਾਇਆ ਲਾਹੌਰ ਵਿੱਚ ਬੜੇ ਕਹਿਰ ਵਰਤਦੇ ਰਹੇ ਸਿੰਘ ਸੂਰਮਿਆਂ ਦੀਆਂ ਖੋਪਰੀਆਂ ਲਈਆਂ ਗਈਆਂ ਆਰਿਆਂ ਨਾਲ ਚੀਰੇ ਗਏ ਤੇ ਚਰਖੜੀਆਂ ਤੇ ਚਾੜੇ ਗਏ ਸਿੰਘ ਮਾਵਾਂ ਨੂੰ ਆਪਣੇ ਬੱਚਿਆਂ ਦੇ ਕੀਤੇ ਟੋਟੇ ਝੋਲੀਆਂ ਵਿੱਚ ਪਵਾਉਣੇ ਪਏ ਮੋੜ ਇੰਤਹਾਜ਼ ਜ਼ੁਲਮਾਂ ਵਿਰੁੱਧ ਸਿੰਘਾ ਸ਼ਾਹੀ ਜੈਕਾਰੇ ਮਾਰਦੀ ਲਾਹੌਰ ਉੱਤੇ ਚੜ੍ਹ ਪਈ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਆਪਣੇ ਹੇਠ ਲੈ ਲਿਆ ਡੋਗਰਿਆਂ ਦੀਆਂ ਗਦਾਰੀ ਕਰਤੂਤਾਂ ਕਾਰਨ ਸਿੱਖ ਰਾਜ ਗਵਾਚ ਗਿਆ ਤੇ ਧੋਖੇਬਾਜ਼ ਅੰਗਰੇਜ਼ ਲਾਹੌਰ ਤੇ ਸ਼ਾਹ ਗਏ ਨਾਮ ਧਾਰੀਆਂ ਬਗਾਵਤ ਕੀਤੀ ਫਾਂਸੀਆਂ ਚਾੜ ਕੇ ਦਬਾ ਦਿੱਤੀ ਗਦਰੀ ਬਾਬੇ ਸਿਰਾਂ ਤੇ ਖੱਫਣ ਬਣ ਕੇ ਅਮਰੀਕਾ ਤੋਂ ਆਏ ਲਾਲਚੀ ਗਦਾਰਾਂ ਫੜਾਏ ਤੇ ਲਾਹੌਰ ਕਿਲੇ ਵਿੱਚ ਫਾਂਸੀ ਚਾੜੇ ਗਏ ਸਰਦਾਰ ਕਰਤਾਰ ਸਿੰਘ ਸਰਾਭਾ ਵਰਗੇ ਨੌਜਵਾਨ ਪਰਵਾਨੇ ਆਜ਼ਾਦੀ ਦੀ ਸ਼ਮਾਂ ਤੋਂ ਕੁਰਬਾਨ ਹੋ ਕੇ ਬਾਕੀ ਅੰਡੇ ਮਾਨ ਦੀ ਸੈਲੂਲਰ ਜੇਲ੍ਹ ਵਿੱਚ ਉਮਰ ਭਰ ਲਈ ਡਕੇ ਗਏ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਨਾਲ ਸਾਰਾ ਹਿੰਦੁਸਤਾਨ ਅੰਗਰੇਜ਼ ਸਰਕਾਰ ਵਿਰੁੱਧ ਉਠ ਖਲੋਤਾ ਜਲਿਆਂਵਾਲੇ ਬਾਗ ਦੀ ਕਤਲੇਆਮ ਨੇ ਕੰਬਣੀਆਂ ਛੇੜ ਦਿੱਤੀਆਂ ਬੱਬਰ ਅਕਾਲੀ ਅੰਗਰੇਜ਼ਾਂ ਵਿਰੁੱਧ ਗੁੱਸਾ ਖਾ ਕੇ ਉੱਠੇ ਜਿਨ੍ਹਾਂ ਗਦਾਰਾਂ ਨੂੰ ਮਾਰਿਆ ਤੇ ਆਪ ਸੂਲੀਆਂ ਚੜ ਗਏ ਸ੍ਰੀ ਦਰਬਾਰ ਸਾਹਿਬ ਦੇ ਪੁਜਾਰੀ ਮਹੰਤਾਨੀਆਂ ਅਯਾਸ਼ੀਆਂ ਵਿਰੁੱਧ ਜ਼ਬਰਦਸਤ ਲਹਿਰ ਉੱਠ ਪਈ ਲੋੜੇ ਦੇ ਡਾਂਗ ਤਸ਼ੱਦਦ ਤੇ ਗੋਲੀ ਲਾਠੀ ਚਲਾਉਣ ਪਿੱਛੋਂ ਅੰਗਰੇਜ਼ਾਂ ਨੂੰ ਦਰਬਾਰ ਸਾਹਿਬ ਦੀਆਂ ਚਾਬੀਆਂ ਅਕਾਲੀ ਸਿੰਘਾਂ ਨੂੰ ਦੇਣੀਆਂ ਪਈਆਂ ਧਰਮ ਨਾਲ ਇਹ ਸਿਆਸੀ ਜਿੱਤ ਵੀ ਮੰਨੀ ਗਈ ਮਹਾਤਮਾ ਗਾਂਧੀ ਦੀ ਤਾਰ ਬੋਲ ਪਈ ਤੁਹਾਡੇ ਸੂਰਮਿਆਂ ਦੀ ਕੁਰਬਾਨੀ ਨਾਲ ਅਸਾਂ ਦੇਸ਼ ਦੀ ਅੱਧੀ ਆਜ਼ਾਦੀ ਜੇਤ ਲਈ ਹੈ ਸ਼ਾਬਾਸ਼ ਦਿਆਨੰਦ ਗੁਜਰਾਤੀ ਪੰਜਾਬ ਲਈ ਹੀ ਨਹੀਂ ਸਾਰੇ ਦੇਸ਼ ਲਈ ਸਾੜ ਸਤੀ ਲੈ ਕੇ ਲਾਹੌਰ ਆਇਆ ਜਿਸ Hindu ਆਰੀਆ ਸਮਾਜ ਦਾ ਮੋਢ ਬਣਿਆ ਉਸ ਵੇਦਾਂ ਦੀ ਕਥਾ ਸ਼ੁਰੂ ਕੀਤੀ Hindu ਲਾਣਾ ਮੱਖੀਆਂ ਵਾਂਗ ਉਸ ਦਿਵਾਲੇ ਜੁੜ ਗਿਆ ਉਸ ਆਪਣੇ ਵਿਖਿਆਨ ਵਿੱਚ ਗੁਰੂ ਨਾਨਕ ਤੱਕ ਨੂੰ ਅਣਪੜ ਆਖਿਆ ਗਿਆਨੀ ਦੇਵਤ ਸਿੰਘ ਨੇ ਚਰਚਾ ਵਾਰਤਾ ਵਿੱਚ ਉਸ ਦੇ ਵਾਵਾ ਦੰਦ ਖੱਟੇ ਕੀਤੇ ਪਰ ਦਿਆਨੰਦ ਨੇ ਵੈਦਿਕ ਧਰਮ ਬਿਨਾ ਦੂਜੇ ਸਾਰਿਆਂ ਵਿੱਚੋਂ ਨੁਕਸ ਕੱਢੇ ਉਸ ਦੇ ਪ੍ਰਭਾਵ ਹੇਠ ਇੱਕ ਹਿੰਦੂ ਨੇ ਰੰਗੀਲਾ ਮੁਹੰਮਦ ਨਾਮ ਦੀ ਕਿਤਾਬ ਲਿਖਮਾਰੀ ਮੁਹੰਮਦ ਸਾਹਿਬ ਦੀ ਹਾਨੀ ਕਾਰਨ ਲਾਹੌਰ ਦੇ ਮੁਸਲਮਾਨ ਭੜਕ ਪਏ ਗੁਸੈਲੇ ਜੋਸ਼ ਵਿੱਚ ਆ ਕੇ ਇੱਕ ਮੁਸਲਮਾਨ ਨੇ ਰੰਗੀਲਾ ਮੁਹੰਮਦ ਲਿਖਣ ਵਾਲੇ ਨੂੰ ਛੁਰੇ ਮਾਰ ਮਾਰ ਕਤਲ ਕਰ ਦਿੱਤਾ ਮੁਸਲਮਾਨਾਂ ਉਸ ਨੂੰ ਗਾਜ਼ੀ ਆਖਿਆ ਤੇ ਸਾਰੇ ਲਾਹੌਰ ਵਿੱਚ ਯਾ ਅਲੀ ਦੇ ਨਾਰੇ ਗੂੰਜ ਉਠੇ ਹਿੰਦੂ ਅਖਬਾਰਾਂ ਜਿਹੜੀਆਂ ਸਾਰੀਆਂ ਹੀ ਉਰਦੂ ਵਿੱਚ ਸ਼ਬਦੀਆਂ ਸਨ ਨੇ ਹੋਰ ਹੋਰ ਫਿਰਕੂ ਰੰਗ ਚਾੜਨਾ ਸ਼ੁਰੂ ਕਰ ਦਿੱਤਾ ਹਿੰਦੂਆਂ ਦੇ ਪ੍ਰਤਾਪ ਮਿਲਾਪ ਤੇ ਵੀਰ ਭਾਰਤ ਨੇ ਕੁਝ ਵਧੇਰੇ ਹੀ ਸਿਰ ਚੁੱਕ ਲਿਆ ਅੰਗਰੇਜ਼ਾਂ ਫਿਰਕੂ ਫਸਾਦਾਂ ਨੂੰ ਰੋਕਣ ਦਾ ਕੋਈ ਯਤਨ ਨਾ ਕੀਤਾ ਬੇਮੁਹਾਰੀ ਫਿਰਕਾ ਪ੍ਰਸਤੀ ਨੇ ਸਿਰ ਚੁੱਕ ਲਿਆ ਫਿਰਕੂ ਫਸਾਦ ਅੰਗਰੇਜ਼ ਹਕੂਮਤ ਦੀ ਉਮਰ ਵਧਾਉਂਦੇ ਸਨ ਉਦੋਂ ਸਰਦਾਰ ਦਿਆਲ ਸਿੰਘ ਮਜੀਠੀਏ ਦਾ ਅਖਬਾਰ ਟ੍ਰਿਬਿਊਨ ਵੀ ਲਾਹੌਰ ਤੋਂ ਨਿਕਲਦਾ ਸੀ ਉਸ ਅਖਬਾਰ ਅਕਾਲੀਆਂ ਨੂੰ ਦੇਣਾ ਚਾਹਿਆ ਪਰ ਉਹਨਾਂ ਲਿਆ ਨਾ ਉਸ ਟ੍ਰਿਬਿਊਨ ਆਰੀਆ ਸਮਾਜੀਆਂ ਨੂੰ ਸੰਭਾਲ ਦਿੱਤਾ ਅੰਗਰੇਜ਼ੀ ਅਖਬਾਰ ਹੱਥ ਆ ਜਾਣ ਨਾਲ ਆਰੀਆ ਸਮਾਜੀਆਂ ਦੀਆਂ ਹੋਰ ਚੜਮੱਟੀਆਂ ਹਿੰਦੂ ਮੁਸਲਮਾਨਾਂ ਵਿਚਕਾਰ ਫਿਰਕੂ ਫਸਾਦ ਪੈਰ ਪੈਰ ਵਧਦੇ ਗਏ ਕਾਂਗਰਸ ਦਾ ਫਿਰਕੂ ਰਵਈਆ ਤਾੜ ਕੇ ਮੁਹੰਮਦ ਅਲੀ ਜਨਾ ਕਾਂਗਰਸ ਨੂੰ ਲੱਤ ਮਾਰ ਕੇ ਮੁਸਲਮ ਲੀਗ ਦਾ ਪ੍ਰਧਾਨ ਜਾ ਬਣਿਆ ਪਹਿਲੀ ਸੰਸਾਰ ਜੰਗ ਤੋਂ ਬਾਅਦ ਅੰਗਰੇਜ਼ ਹਕੂਮਤ ਨੇ ਰੋਲਟ ਐਕਟ ਰਾਹੀਂ ਦੇਸ਼ ਉੱਤੇ ਆਪਣਾ ਸ਼ਕੰਜਾ ਹੋਰ ਮਜ਼ਬੂਤ ਕਰਨਾ ਚਾਹਿਆ ਲੋਕਾਂ ਵਿੱਚ ਵਿਦਰੋਹ ਭੜਕ ਪਿਆ ਰੋਲ ਐਕਟ ਦੀ ਵਿਆਖਿਆ ਵਾਸਤੇ ਅੰਗਰੇਜ਼ਾਂ ਦੇ ਸਾਈਮਨ ਕਮਿਸ਼ਨ ਨੇ ਲਾਹੌਰ ਪਹੁੰਚਣਾ ਸੀ ਸਾਈਮਨ ਕਮਿਸ਼ਨ ਗੋ ਬੈਗ ਦੇ ਨਾਰੇ ਮਾਰਦਾ ਹਜ਼ੂਮ ਰੇਲਵੇ ਸਟੇਸ਼ਨ ਉੱਤੇ ਜੁੜ ਗਿਆ ਕਾਲਜ ਦੇ ਮੁੰਡਿਆਂ ਲਾਜਪਤ رائے ਨੂੰ ਚੁੱਕ ਲੈ ਆਂਦਾ ਉਹ ਆ ਕੇ ਰਾਜੀ ਨਹੀਂ ਸੀ ਰੇਲਵੇ ਸਟੇਸ਼ਨ ਉੱਤੇ ਸਖਤ ਗਰਮੀ ਪੈ ਰਹੀ ਸੀ ਮੁੰਡਿਆਂ ਕਾਲੀ ਛਤਰੀ ਲਾਜਪਤ رائے ਉੱਤੇ ਤਾਣ ਦਿੱਤੀ ਛਤਰੀ ਦੇ ਬਾਹਰ ਚਾਕ ਨਾਲ ਗੋ ਬੈਕ ਲਿਖਿਆ ਹੋਇਆ ਸੀ ਕਮਿਸ਼ਨ ਦੇ ਆਉਣ ਤੇ ਲੋਕਾਂ ਦਾ ਹੜ ਬੇਕਾਬੂ ਹੋ ਗਿਆ ਪੁਲਿਸ ਨੇ लाठी चार्ज ਕਰਨਾ ਸ਼ੁਰੂ ਕਰ ਦਿੱਤਾ ਤਿੰਨ ਡੰਡੇ ਛਤਰੀ ਉੱਤੇ ਵੀ ਆ ਪਏ ਜਿਹੜੇ ਲਾਜਪਤ رائے ਦੀ ਛਾਤੀ ਉੱਤੇ ਦੋ ਨਿਸ਼ਾਨ ਪਾ ਗਏ ਲਾਠੀ ਚਾਰਜ ਤੋਂ 17 ਦਿਨ ਬਾਅਦ ਲਾਜਪਤ ਰਾਏ ਦੀ ਪਲੂਰਸੀ ਦੀ ਬਿਮਾਰੀ ਨਾਲ ਮੌਤ ਹੋ ਗਈ। ਮਰਨ ਤੋਂ 3 ਦਿਨ ਪਹਿਲਾਂ ਉਹ ਦਿੱਲੀ ਇੱਕ ਮੀਟਿੰਗ ਤੇ ਗਿਆ ਤੇ ਨਹਿਰੂ ਨਾਲ ਲੜ ਕੇ ਵਾਪਸ ਆ ਗਿਆ। ਇਸ ਤੋਂ ਕਈ ਸਾਲ ਪਹਿਲਾਂ ਕਾਂਗਰਸ ਛੱਡ ਕੇ ਉਹ ਹਿੰਦੂ ਮਹਾਸਭਾ ਦਾ ਪ੍ਰਧਾਨ ਬਣ ਚੁੱਕਾ ਸੀ। ਲਾਜਪਤ ਰਾਏ ਦੀ ਮੌਤ ਤੇ ਬੰਗਾਲ ਦੀ ਬਸੰਤੀ ਦੇਵੀ ਦੇ ਖਾ ਦਾ ਨਾਰਾ ਮਾਰਿਆ। ਪੰਜਾਬ ਦਾ ਇਹ ਪੰਜਾਬ ਸੂਰਮਿਆਂ ਤੋਂ ਵਾਂਝਾ ਹੋ ਗਿਆ ਹੈ। ਹੇਤਾਨਾ ਸਰਦਾਰ ਭਗਤ ਸਿੰਘ ਨੂੰ ਖਾ ਗਿਆ ਉਹਨਾਂ ਸਾਂਡਰਸ ਅੰਗਰੇਜ਼ ਗੋਲੀਆਂ ਨਾਲ ਭੁੰਨ ਦਿੱਤਾ ਦਿੱਲੀ ਦੀ ਪਾਰਲੀਮੈਂਟ ਵਿੱਚ ਫੋਕਾ ਬੰਬ ਚਲਾਉਣ ਸਮੇਂ ਭਗਤ ਸਿੰਘ ਫੜਿਆ ਗਿਆ ਲਾਹੌਰ ਜੇਲ੍ਹ ਵਿੱਚ ਫਾਂਸੀ ਲੱਗਣ ਤੋਂ ਪਹਿਲਾਂ ਉਹ ਸੰਤ ਰਣ ਧੀਰ ਸਿੰਘ ਨਾਰੰਗਲ ਦੇ ਸੰਪਰਕ ਵਿੱਚ ਆ ਗਿਆ ਆਰੀਆ ਸਮਾਜੀਆਂ ਦਾ ਪ੍ਰਭਾਵ ਵਗਾ ਕੇ ਬਕਾਇਦਾ ਸਿੰਘ ਸਾਜ ਕੇ ਕੇਸ ਰੱਖ ਲੈ ਭਗਤ ਸਿੰਘ ਨੂੰ ਜੇਲ੍ਹੋਂ ਫਰਾਰ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਉਸ ਜੇਲ੍ਹੋਂ ਨਿਕਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਖਿਹੜੇ ਮੱਥੇ ਫਾਂਸੀ ਕਬੂਲੀ ਸਿਆਣੇ ਪਾਠ ਕਿ ਨਿਰਣਾ ਕਰ ਲੈਣ ਲਾਜਪਤ ਰਾਏ ਤੇ ਸਰਦਾਰ ਭਗਤ ਸਿੰਘ ਵਿੱਚੋਂ ਕੌਣ ਸ਼ੇਰੇ ਪੰਜਾਬ ਸੀ ਦੂਜੀ ਸੰਸਾਰ جنگ ਛਿੜੀ ਤਾਂ ਕਾਂਗਰਸ ਪ੍ਰਧਾਨਗੀ ਦੇ ਮਸਲੇ ਉੱਤੇ ਦੋ ਫਾੜ ਹੋ ਗਈ ਮਹਾਤਮਾ ਗਾਂਧੀ ਦਾ ਮਤ ਸੀ ਭਾਵੇਂ ਮੈਂ ਚਾਰਨ ਨੇ ਦਾ ਮੈਂਬਰ ਨਹੀਂ ਪਰ ਕਾਂਗਰਸ ਮੈਨੂੰ ਪੁੱਛ ਕੇ ਚੱਲੇ ਉਸ ਕਾਂਗਰਸ ਦੀ ਪ੍ਰਧਾਨਗੀ ਲਈ ਪਟਾ ਭਾਈ ਸੀਤਾ ਰਮਈਆ ਨੂੰ ਖੜਾ ਕਰ ਦਿੱਤਾ ਦੂਜੇ ਪਾਸੇ ਸੁਭਾਸ਼ ਚੰਦਰ ਬੋਸ ਇੰਗਲੈਂਡ ਰਿਟਰਨਨ ਆਈਸੀਐਸ ਪ੍ਰਧਾਨਗੀ ਲਈ ਉੱਠ ਪਿਆ ਮੁਕਾਬਲੇ ਵਿੱਚ ਕਾਂਗਰਸ ਦਾ ਗਾਂਧੀ ਨਹਿਰੂ ਧੜਾ ਹਾਰ ਗਿਆ ਸੁਭਾਸ਼ ਲਈ ਤਾਂ ਸਾਰਾ ਪੰਜਾਬ ਹੀ ਉਲੜ ਪਿਆ ਸੀ ਕਰਮਚੰਦ ਗਾਂਧੀ ਨੇ ਐਲਾਨ ਕੀਤਾ ਇਹ ਹਾਰ ਮੇਰੀ ਹੈ ਉਸ ਕਾਂਗਰਸ ਐਗਜੈਕਟਿਵ ਵਿੱਚੋਂ ਸਾਰੇ ਮੈਂਬਰ ਖਿੱਚ ਲਏ ਅਤੇ ਤ੍ਰਿਪੁਰਾ ਸੈਸ਼ਨ ਦਾ ਬਾਈਕਾਟ ਕਰ ਦਿੱਤਾ ਸ਼ੁਭਾਸ਼ ਚੰਦਰ ਬੋਸ ਨੇ ਬਿਮਾਰ ਹਾਲਤ ਵਿੱਚ ਤ੍ਰਿਪੁਰਾ ਸੈਸ਼ਨ ਅਟੈਂਡ ਕੀਤਾ ਜੰਗ ਤੇਜ਼ ਹੋਈ ਤਾਂ ਕਾਂਗਰਸ ਦਾ ਰੋਸ ਵਿਰੋਧ ਜਾਂਚ ਕੇ ਸਰਕਾਰ ਨੇ ਕਾਂਗਰਸ ਆਗੂ ਫੜਨੇ ਸ਼ੁਰੂ ਕਰ ਦਿੱਤੇ ਗਾਂਧੀ ਹੋਰੀ ਸਰ ਆਂਗਾਖਾਂ ਮਹਿਲ ਵਿੱਚ ਆਨੰਦ ਮਾਣਨ ਲੱਗੇ ਤੇ ਸ਼ੁਭਾਸ਼ ਨੂੰ ਘਰ ਹੀ ਨਜ਼ਰਬੰਦ ਕਰ ਦਿੱਤਾ ਉਸ ਦੀ ਦੂਰ ਦ੍ਰਿਸ਼ਟੀ ਨੇ ਸੋਚਿਆ ਅੰਗਰੇਜ਼ ਜੰਗ ਦੀ ਕੁੜਕੀ ਵਿੱਚ ਬੁਰੀ ਤਰ੍ਹਾਂ ਫਸਿਆ ਹੈ ਉਹਨ ਹੀ ਆਜ਼ਾਦੀ ਹਾਸਲ ਕਰਨ ਦਾ ਮੌਕਾ ਹੈ ਗੰਡ ਤੁਰਪ ਕਰਕੇ ਉਹ ਬੰਗਾਲ ਤੋਂ ਨਿਕਲਿਆ ਅਤੇ ਪੰਜਾਬ ਆ ਗਿਆ ਪੰਜਾਬੀਆਂ ਕਾਬਲ ਵਿੱਚ ਦੀ ਉਸ ਨੂੰ ਬਰਲਨ ਪਹੁੰਚਦਾ ਕਰ ਦਿੱਤਾ ਜਾਪਾਨੀਆਂ ਹਿਟਲਰ ਨੂੰ ਆਖਿਆ ਸੁਭਾਸ ਸਾਨੂੰ ਦੇ ਦਿਓ ਈਸਟ ਏਸ਼ੀਆ ਵਿੱਚ ਵਧੇਰੇ ਕੰਮ ਦੇਵੇਗਾ ਇਸ ਤਰ੍ਹਾਂ ਸੁਭਾਸ ਡੁਬਕਣੀ ਸਭ ਮੈਰੀਨ ਰਾਹੀ ਸਮੁੰਦਰ ਦਾ ਲੰਬਾ ਪੰਧ ਪਾਰ ਕਰਕੇ ਸਿੰਗਾਪੁਰ ਪਹੁੰਚ ਗਿਆ ਉਦੋਂ ਤੱਕ ਜਾਪਾਨ ਸਾਰਾ ਈਸਟ ਏਸ਼ੀਆ ਉੱਤੇ ਛਾ ਚੁੱਕਾ ਸੀ ਸੁਭਾਸ਼ ਦੇ ਆਉਣ ਤੋਂ ਪਹਿਲਾਂ ਸਰਦਾਰ ਪ੍ਰੀਤਮ ਸਿੰਘ ਆਜ਼ਾਦ ਭਾਰਤੀ ਫੌਜ ਦਾ ਮੋਢ ਬਣ ਚੁੱਕਾ ਸੀ ਫਿਰ ਜਨਰਲ ਮੋਹਨ ਸਿੰਘ ਸੁਭਾਸ਼ ਦੀ ਸੱਜੀ ਬਾਹ ਬਣ ਗਿਆ ਸੁਭਾਸ਼ ਨੇ ਆਈਐਨਏ ਦੀ ਦੁਬਾਰਾ ਸਥਾਪਨਾ ਕੀਤੀ ਹਿੰਦੂਸਤਾਨੀਆਂ ਵਿੱਚ ਸੁਭਾਸ਼ ਦੇ ਆਉਣ ਨਾਲ ਜੋਸ਼ ਬੇਹੱਦ ਉਛਾਲੇ ਮਾਰ ਉਠਿਆ ਆਈਐਨਏ ਬਰਮਾ ਦੇ ਬਾਡਰ ਤੇ ਲੜੀ ਵਤਨ ਦੀ ਆਜ਼ਾਦੀ ਦਾ ਜੋਸ਼ ਬੇਪਨਾਹ ਪਰ ਲੜਨ ਲਈ ਹਥਿਆਰ ਨਕੰਮੇ ਅਤੇ ਰਾਸ਼ਨ ਦੀ ਸਪਲਾਈ ਕੋਈ ਨਾ ਆਈਐਨਏ ਨੂੰ ਖਾਸ ਕਮਜਾਬੀ ਕੋਈ ਨਾ ਮਿਲੀ ਤੇ ਉਹ ਬਰਮਾ ਦੇ ਜੰਗਲਾਂ ਵਿੱਚ ਰੁਲ ਕੇ ਰਹਿ ਗਏ ਕੁਝ ਸਮੇਂ ਪਿਛੋਂ ਜਰਮਨੀ ਰੂਸ ਉੱਤੇ ਹਮਲਾ ਕਰਨ ਦੀ ਵੱੱਜਰ ਗਲਤੀ ਕਰ ਬੈਠਾ ਅਤੇ ਅਜਿਹਾ ਉਲਝਿਆ ਕਿ جنگ ਹਾਰ ਬੈਠਾ ਹਿਟਲਰ ਦੀ ਹਾਰ ਨਾਲ ਜਾਪਾਨ ਦਾ ਵੀ ਲੱਕ ਟੁੱਟ ਗਿਆ ਅਮਰੀਕਾ ਵਾਲਿਆਂ جنگ ਛੇਤੀ ਮਕਾਉਣ ਲਈ ਹਿਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਐਟਮ ਬੰਬ ਸੁੱਟ ਕੇ ਲੱਖਾਂ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੰਸਾਰ ਜੰਗ ਖਤਮ ਹੋਈ ਤਾਂ ਦੇਸ਼ ਦੀ ਆਜ਼ਾਦੀ ਦੀ ਜੰਗ ਮੋੜ ਪਾਖ ਪਈ। ਅੰਗਰੇਜ਼ ਦੂਰ ਦੀ ਸੋਚਣ ਵਾਲਾ ਸੀ। ਉਸ ਆਈਐਨਏ ਅਤੇ ਜਹਾਜ਼ੀਆਂ ਦੀ ਬਗਾਵਤ ਤੋਂ ਅੰਦਾਜ਼ਾ ਲਾ ਲਿਆ। ਮਾਰ ਖਾ ਕੇ ਹਿੰਦੁਸਤਾਨ ਵਿੱਚੋਂ ਨਿਕਲਣ ਨਾਲੋਂ ਸੁੱਲਾ ਸਫਾਈ ਨਾਲ ਜਾਣਾ ਵਧੇਰੇ ਲਾਹੇਵੰਦਾ ਹੈ। ਉਸ ਆਜ਼ਾਦੀ ਦੇਣ ਦੀ ਚਰਚਾ ਛੇੜ ਦਿੱਤੀ ਕੁਝ ਸਮਾਂ ਪਹਿਲਾਂ ਸਰ ਮੁਹੰਮਦ ਇਕਬਾਲ ਨੇ ਅਲੀਗੜ੍ਹ ਯੂਨੀਵਰਸਿਟੀ ਦੀ ਕਨਵੋਕੇਸ਼ਨ ਤੇ ਬੋਲਿਆ ਸੀ ਫਿਰਕੂ ਬ੍ਰਾਹਮਣਵਾਦ ਮੁਸਲਮਾਨਾ ਤੇ ਹੋਰ ਘੱਟ ਗਿਣਤੀਆਂ ਨਾਲ ਅੱਤ ਦਾ ਮਾੜਾ ਵਿਹਾਰ ਕਰ ਰਿਹਾ ਹੈ ਆਜ਼ਾਦ ਹੋਣ ਤੇ ਸਾਡੀ ਹਾਲਤ ਗੁਲਾਮਾਂ ਨਾਲੋਂ ਵੀ ਭੈੜੀ ਹੋਵੇਗੀ ਸਾਨੂੰ ਆਪਣਾ ਵੱਖਰਾ ਹੋਮਲੈਂਡ ਪਾਕਿਸਤਾਨ ਲੈਣਾ ਚਾਹੀਦਾ ਹੈ ਮਿਸਟਰ ਜਨਾ ਨੇ ਇਕਬਾਲ ਦੀ ਰੌਸ਼ਨੀ ਤੇ ਆਪਣੀ ਜਦੋ ਜਹਿਦ ਦਾ ਨਿਸ਼ਾਨਾ ਪਾਕਿਸਤਾਨ 'ਚ ਮਿਥ ਲਿਆ ਹਰ ਥਾਂ ਪਾਕਿਸਤਾਨ ਦੇ ਨਾਰੇ ਗੂੰਜਣ ਲੱਗੇ ਇਲੈਕਸ਼ਨ ਆਈ ਤਾਂ ਮੁਸਲਮ ਲੀਗ ਦੇ ਮੁਸਲਮਾਨ ਨੋ ਮੈਂਦੇ ਕਾਂਗਰਸ ਦੇ ਮੁਸਲਮਾਨ ਮੈਂਬਰਾਂ ਨਾਲੋਂ ਕਿਤੇ ਵੱਧ ਜਿੱਤ ਗਏ ਮੁਸਲਮ ਲੀਗ ਦਾ ਪਾਕਿਸਤਾਨ ਵਾਲਾ ਮਤਾ ਹੋਰ ਜ਼ੋਰ ਫੜ ਗਿਆ ਅਖੀਰ ਦੇਸ਼ ਦੀ ਵੰਡ ਏਜੰਡੇ ਉੱਤੇ ਆ ਗਈ ਇਸ ਮਸਲੇ ਦੀ ਚਰਚਾ ਸ਼ਿਮਲੇ ਵਿੱਚ ਗਾਂਧੀ ਜਨਾਹ ਮਿਲਣੀ ਵਿੱਚ ਵਧੇਰੇ ਕਰਕੇ ਸਾਹਮਣੇ ਆ ਗਈ ਮੋਟਾ ਬੇਰਵਾ ਦੇ ਰਿਆ ਆ ਗਾਂਧੀ ਨੇ ਮਿਸਟਰ ਜਨਾਹ ਨੂੰ ਪੁਲੋਸਣਾ ਚਾਇਆ ਭਰਾ ਮਿਸਟਰ ਜਨਾਹ ਜੀ ਤੁਸੀਂ ਦੇਸ਼ ਨਾ ਮੰਡੋ ਤੁਹਾਨੂੰ ਸਾਰੇ ਅਧਿਕਾਰਾਂ ਵਾਲੀ ਪ੍ਰਧਾਨਗੀ ਉਮਰ ਭਰ ਲਈ ਦੇ ਦਿੰਦੇ ਹਾਂ ਮਿਸਟਰ ਕਰਮਚੰਦ ਗਾਂਧੀ ਤੁਸੀਂ ਸਾਨੂੰ ਬਹੁਤ ਖੁਵਾਰ ਕੀਤਾ ਹੈ ਮਲੇਸ਼ਾ ਵਰਗਾ ਵਰਤਾਅ ਕਰਦੇ ਰਹੇ ਹੋ ਪਾੜ ਇਨਾ ਵੱਧ ਗਿਆ ਹੈ ਕਿ ਪੂਰਿਆ ਨਹੀਂ ਜਾਣਾ ਸਾਨੂੰ ਹੁਣ ਪਾਕਿਸਤਾਨ ਹੀ ਸੰਤੁਸ਼ਟ ਕਰ ਸਕਦਾ ਹੈ ਜਨਾਹ ਨੇ ਤਸੱਲੀ ਨਾਲ ਆਖਿਆ ਦੇਸ਼ ਪਾਟੇਗਾ ਕਾਰੋਬਾਰੀ ਸਬੰਧ ਟੁੱਟਣਗੇ ਦੇਸ਼ ਆਜ਼ਾਦ ਹੋਣ ਤੇ ਇਕੱਠੇ ਭਰਾਵਾਂ ਵਾਂਗ ਰਵਾਂਗੇ ਜੀਵਾਂਗੇ ਤੂੰ ਪਾਕਿਸਤਾਨ ਦੀ ਗੱਲ ਨਾ ਛੇੜ ਆਪਾਂ ਸਕੇ ਸੋਦਰੇ ਭਰਾਵਾਂ ਵਾਂਗ ਪਿਆਰ ਨਾਲ ਇਕੱਠੇ ਰਹੀਏ ਦੇਖ ਮਿਸਟਰ ਗਾਂਧੀ ਹੁਣ ਮੈਂ ਤੇਰੀਆਂ ਚੋਪੜੀਆਂ ਗੱਲਾਂ ਉਤੇ ਇਤਬਾਰ ਨਹੀਂ ਕਰ ਸਕਦਾ 40 ਕਰੋੜ ਦੀ ਆਬਾਦੀ ਵਿੱਚ ਅਸੀਂ ਮੁਸਲਮਾਨ ਆ 10 ਕਰੋੜ ਖਰੇ ਰੁਪਈਏ ਵਿੱਚੋਂ ਸਾਡੀ ਚਵਾਨੀ ਸਾਨੂੰ ਦੇ ਦਿਓ ਫਿਰ ਗਵਾਂਢੀ ਭਰਾ ਭਰਾ ਤੂੰ ਉਲਟੇ ਰਾਹ ਨਾ ਪੈ ਅਸੀਂ ਭਰਾਵਾਂ ਵਾਂਗ ਆਜ਼ਾਦ ਦੇਸ਼ ਵਿੱਚ ਵਸੀਏ ਦੇਸ਼ ਨੂੰ ਤੋੜਨਾ ਵੱਡੀ ਗਲਤੀ ਹੋਵੇਗੀ ਗਾਂਧੀ ਉਸ ਨੂੰ ਆਪਣੀ ਗੱਲ ਤੇ ਲੈ ਆਉਣਾ ਚਾਹੁੰਦਾ ਸੀ ਗਾਂਧੀ ਤੂੰ ਖੱਤਰੀ ਮੈਂ ਖੋਜਾ ਦੋਵੇਂ ਵਪਾਰੀ ਸੱਪ ਨੂੰ ਸੱਪ ਲੜੇ ਉਹ ਕਿਹਨੂੰ ਚੜੇ ਰਾਜਨੀਤੀ ਵਿੱਚ ਇਤਬਾਰ ਕਾਦਾ ਤੂੰ ਪਾਕਿਸਤਾਨ ਦੇ ਵਿਹਾਰ ਦੀ ਗੱਲ ਕਰ ਸਾਨੂੰ ਸਾਡੀ ਜਵਾਨੀ ਦਿਓ ਤੇ ਰਾਜੀ ਖੁਸ਼ੀ ਵਸੋ ਤੂੰ ਚਵਾਨੀ ਰੁਪਈਆ ਲੈ ਅਸੀਂ ਤੈਨੂੰ ਜ਼ਿੰਦਗੀ ਭਰ ਪ੍ਰਧਾਨ ਬਣਾ ਕੇ ਸਾਰਾ ਮੁਲਕ ਤੇਰੇ ਹਵਾਲੇ ਕਰਦੇ ਹਾਂ ਜਿਹੜਾ ਰੁਪਈਆ ਮਿਸਟਰ ਗਾਂਧੀ ਚਵਾਨੀ ਵਿੱਚ ਚੱਲਦਾ ਏ ਜ਼ਰੂਰ ਖੋਟਾ ਹੋਵੇਗਾ ਮੈਨੂੰ ਆਪਣੇ ਹੱਕ ਹਲਾਲ ਦੀ ਖਰੀ ਚਵਾਨੀ ਹੀ ਚਾਹੀਦੀ ਹੈ ਜਨਾ ਗਾਂਧੀ ਦੀ ਮਕਾਰੀ ਸਮਝਦਾ ਸੋਚ ਰਿਹਾ ਸੀ ਮੈਂ ਆ ਕੈਂਸਰ ਦਾ ਮਰੀਜ਼ ਪਤਾ ਨਹੀਂ ਸਾਲ ਛਮਾ ਹਾਂ ਜਾਂ ਨਹੀਂ ਬ੍ਰਾਹਮਣਵਾਦ 10 ਕਰੋੜ ਮੁਸਲਮਾਨਾਂ ਨੂੰ ਮੋੜ ਮਲੇਸ਼ਾ ਨਾਲੋਂ ਵੀ ਵੱਧ ਦੁਰਕਾਰੇਗਾ ਖੋਟਾ ਕਿਉਂ ਤੂੰ ਖਰਾ ਰੁਪਈਆ ਲੈ ਗਾਂਧੀ ਨੇ ਖੁੱਲਾ ਹੱਥ ਵਧਾਇਆ ਮਿਸਟਰ ਗਾਂਧੀ ਮੈਂ ਆਪਣੀ ਪ੍ਰਧਾਨਗੀ ਲਈ 10 ਕਰੋੜ ਮੁਸਲਮਾਨਾਂ ਨੂੰ ਗੁਲਾਮ ਬਣਾ ਕੇ ਤੁਹਾਡੇ ਮੂਹਰੇ ਨਹੀਂ ਸੁੱਟ ਸਕਦਾ ਤੁਹਾਡੇ ਖੋਟੇ ਰੁਪਈਏ ਦੀ ਥਾਂ ਮੈਨੂੰ ਆਪਣੇ ਹੱਕ ਹਲਾਲ ਦੀ ਖਰੀ ਜਵਾਨੀ ਹੀ ਚਾਹੀਦੀ ਹੈ ਮਿਸਟਰ ਜਨਾਬ ਸਾਹਿਬ ਮੈਂ ਤੈਨੂੰ ਅਪੀਲ ਕਰਦਾ ਹਾਂ ਤੂੰ ਅੱਡ ਨਾ ਹੋ ਅੰਗਰੇਜ਼ ਸਾਮਰਾਜ ਨੇ ਸਾਡੇ ਵਿੱਚ ਨਫ਼ਰਤ ਖੜੀ ਕਰ ਰੱਖੀ ਹੈ ਅਸੀਂ ਇਕੱਠੇ ਰਹਿ ਕੇ ਯਕੀਨਨ ਕਿਉ ਖਿਚੜੀ ਹੋ ਜਾਵਾਂਗੇ ਸਾਡੇ ਵਿਰੋਧ ਤੇ ਨਫ਼ਰਤਾਂ ਮਿਟ ਜਾਣਗੀਆਂ ਤੂੰ ਬਹੁਤ ਲਾਇਕ ਐਡਵੋਕੇਟ ਹੈ ਆਪਣੀ ਕਾਬਲੀਅਤ ਨਾਲ ਸਾਰੇ ਦੇਸ਼ ਦਾ ਦਲੇਦਰ ਤੋ ਛੜੇਗਾ ਨਿਜਾਮ ਕਿਵੇਂ ਚੱਲੇਗਾ ਜਨਾਹ ਨੇ ਭਵਿੱਖ ਦੇ ਰਾਜ ਭਾਗ ਚੱਲਣ ਬਾਰੇ ਸਵਾਲ ਖੜਾ ਕਰ ਦਿੱਤਾ ਨਿਜ਼ਾਮ ਡੈਮੋਕਰੈਟਿਕ ਢੰਗ ਨਾਲ ਚੱਲੇਗਾ ਸਭ ਨੂੰ ਵੋਟ ਦੇਣ ਦਾ ਅਧਿਕਾਰ ਹੋਵੇਗਾ ਗਲਤ ਪਾਕਿਸਤਾਨ ਹਰ ਹਾਲਤ ਬਣੇਗਾ 30 ਕਰੋੜ ਵੋਟ ਅੱਗੇ 10 ਕਰੋੜ ਕੀ ਮਾਨੇ ਰੱਖਦਾ ਹੈ ਮੇਰੀ ਪ੍ਰਧਾਨਗੀ ਪਲਾਂ ਛਿਨਾ ਵਿੱਚ ਖਤਮ ਹੋ ਜਾਵੇਗੀ ਮੈਂ ਤੇਰੇ ਬਾਣੀਆਂ ਬੋਲਾਂ ਉਤੇ ਇਤਬਾਰ ਕਰਕੇ ਮੁਸਲਮਾਨ ਕੌਮ ਨਹੀਂ ਮਰਵਾ ਸਕਦਾ ਅਸੀਂ ਹਕੂਮਤਾਂ ਕੀਤੀਆਂ ਹਨ ਜਿਹੜੀਆਂ ਵਾਂਗ ਨਹੀਂ ਜੀ ਸਕਦੇ ਸਾਡੀ ਮੰਗ ਸਾਡਾ ਹੱਕ ਬਸ ਪਾਕਿਸਤਾਨ ਪਾਕਿਸਤਾਨ ਤੋਂ ਉਰੇ ਕੁਝ ਨਹੀਂ ਮਿਸਟਰ ਜਨਾਹ ਨੇ ਇੱਕ ਤਰ੍ਹਾਂ ਫੈਸਲਾ ਦੇ ਦਿੱਤਾ ਦੇਖ ਪਾਕਿਸਤਾਨ ਬਣ ਤੇ ਫਿਰ ਕੁ ਫਸਾਦ ਹੋਣਗੇ ਲੋਕਾਂ ਦਾ ਖੂਨ ਅਜਾਈ ਡੁੱਲੇਗਾ ਤਾਰੀਖ ਸਾਨੂੰ ਲਾਹਨਤਾਂ ਦੇਵੇਗੀ ਕੁਝ ਸੋਚ ਬਸ ਪਾਕਿਸਤਾਨ ਲੈ ਕੇ ਰਾਂਗੇ ਕ੍ਰਿਪਸ ਮਿਸ਼ਨ ਨੂੰ ਵੀ ਮੈਂ ਇਹੀ ਹੱਲ ਪੇਸ਼ ਕੀਤਾ ਹੈ ਉਹ ਚੱਜ ਨਾਲ ਹੀ ਅੜ ਖਲੋਤਾ ਸਾਡੀ ਤੁਹਾਡੀ ਤੇ ਦੇਸ਼ ਦੀ ਬਦਕਿਸਮਤੀ ਗਾਂਧੀ ਦੇ ਇਹ ਆਖਰੀ ਬੋਲ ਸਨ ਮੈਂ ਤੁਹਾਡੇ ਕਬਟ ਭਰੇ ਤੇ ਮਿੱਠ ਬੋਲੜੇ ਵਰ ਤੀਰੇ ਤੇ ਇਤਬਾਰ ਨਹੀਂ ਕਰ ਸਕਦਾ ਜਨਾਬ ਦੀ ਐਨੀ ਗੱਲ ਨਾਲ ਮੀਟਿੰਗ ਦਾ ਭੋਗ ਪੈ ਗਿਆ ਮਿਸਟਰ ਜਨਾਬ ਪਾਕਿਸਤਾਨ ਲੈਣ ਦੀ ਜੇਦ ਉਤੇ ਚੱਜ ਨਾਲ ਹੀ ਅੜ ਗਿਆ ਸਿੱਖਾਂ ਲਈ ਦੋ ਹਿੱਸਿਆਂ ਵਿੱਚ ਵੰਡ ਹੋ ਜਾਣ ਦੀ ਵੱਡੀ ਮੁਸੀਬਤ ਖੜੀ ਹੋ ਗਈ। ਤਕਰੀਬਨ 2-3 ਦਿਨ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਅਕਾਲੀ ਸਿੰਘ ਜੁੜਦੇ ਪਰ ਪਾਰ ਉਤਾਰੇ ਵਾਲੀ ਕੋਈ ਗੱਲ ਨਾ ਸਿਰੇ ਚੜ੍ਹਦੀ। ਅੰਗਰੇਜ਼ ਸਰਕਾਰ ਨੇ ਰਾਜ ਭਾਗ ਸੌਂਪਣ ਲਈ ਤਿੰਨ ਧਿਰਾਂ Hindu, Musalman ਤੇ Sikh ਮੰਨ ਲਈਆਂ। ਸਿੱਖਾਂ ਦੀ ਬਹੁ ਗਿਣਤੀ ਜ਼ਿਲ੍ਹਾ ਲੁਧਿਆਣਾ ਤੇ ਤਹਿਸੀਲ ਮੋਗਾ ਵਿੱਚ ਹੀ ਵੰਦੀ ਸੀ। ਹਿੰਦੂਆਂ ਨੂੰ ਨਾਲ ਰਲਾ ਕੇ ਹੋਰ ਜ਼ਿਲ੍ਹਿਆਂ ਵਿੱਚ ਵੀ ਬਣਦੀ ਸੀ। ਪਾਕਿਸਤਾਨ ਕਿਸੇ ਸਬੀਲ ਨਾਲ ਬਣਦਾ ਰੁਕਦਾ ਨਹੀਂ ਦਿਖਦਾ ਸੀ। ਸਿੱਖ ਤਨੋਂ ਮਨੋਂ ਚਾਹੁੰਦੇ ਸਨ ਪਾਕਿਸਤਾਨ ਨਾ ਬਣੇ ਕਿਉਂਕਿ ਪਾਕਿਸਤਾਨ ਬਣ ਦੀ ਸੂਰਤ ਵਿੱਚ ਦੋ ਥਾਂ ਪਾਟ ਕੇ ਬਹੁਤਾ ਸਿੱਖਾਂ ਦਾ ਹੀ ਨੁਕਸਾਨ ਹੁੰਦਾ ਸੀ। ਪਰ ਪੰਜਾਬ ਦੇ ਇਕੱਠਾ ਰਹਿਣ ਦੀ ਸਬੀਲ ਕੋਈ ਆੜੇ ਆ ਨਹੀਂ ਰਹੀ ਸੀ। ਸਿੱਖਾਂ ਦੀ ਨੁਮਾਇੰਦਾ ਜ਼ਮਾਤ ਸ਼੍ਰੋਮਣੀ ਅਕਾਲੀ ਦਲ ਹੀ ਸੀ। ਉਹ ਵੀ ਪਾਟ ਕੇ ਤਿੰਨ ਧੜਿਆਂ 'ਚ ਹੋਖ ਲੋਕੀ ਉਦਮ ਸਿੰਘ ਨਾਗੋਕੇ ਦਾ ਧੜਾ ਭਾਰੂ ਸੀ ਉਸ ਨੂੰ ਪ੍ਰਤਾਪ ਸਿੰਘ ਕੈਰੋਂ ਜਨਰਲ ਸੈਕਟਰੀ ਪੰਜਾਬ ਕਾਂਗਰਸ ਦੱਬੀ ਬੈਠਾ ਸੀ ਕੈਰੋਂ ਨੂੰ ਅਗਾਹ ਨਹਿਰੂ ਦੀ ਥਾਪਣਾ ਸੀ ਦੂਜਾ ਧੜਾ ਗਿਆਨੀ ਕਰਤਾਰ ਸਿੰਘ ਲਾਇਲਪੁਰੀ ਦਾ ਸੀ ਮਾਸਟਰ ਤਾਰਾ ਸਿੰਘ ਦਾ ਤੀਜਾ ਧੜਾ ਛੋਟਾ ਸੀ ਗਿਆਨੀ ਕਰਤਾਰ ਸਿੰਘ ਸਮਝਦਾ ਸੀ ਮਿੰਟ ਗੁਮਰੀ ਲਾਇਲਪੁਰ ਛੇਕੂਪੁਰਾ ਲਾਹੌਰ ਗੁਜਰਾਵਾਲਾ ਤੇ ਸਿਆਲਕੋਟ ਸ਼ਰਤੀਆ ਪਾਕਿਸਤਾਨ ਵਿੱਚ ਜਾਣਗੇ ਪਹਿਲਾਂ ਸਾਰੇ ਦੇਸ਼ ਵਿੱਚ ਸਿੱਖਾਂ ਦੀ ਘੱਟ ਗਿਣਤੀ ਮੁੜ ਪਾਕਿਸਤਾਨ ਵਿੱਚ ਹੋਰ ਵੀ ਸਿਆਸੀ ਤੌਰ ਤੇ ਕਮਜ਼ੋਰ ਪੋਜੀਸ਼ਨ ਹੋ ਜਾਵੇਗੀ ਸਰਦਾਰ ਬਲਦੇਵ ਸਿੰਘ ਉਦੋਂ ਡਿਫੈਂਸ ਮਨਿਸਟਰ ਸੀ ਤੇ ਭਰੋਸਾ ਦਿੰਦਾ ਸੀ ਲਾਹੌਰ ਤਾਂ ਮੇਰੀ ਜੇਬ ਵਿੱਚ ਹੈ ਗਿਆਨੀ ਕਰਤਾਰ ਸਿੰਘ ਦੇ ਪੈਰ ਨਹੀਂ ਲੱਗ ਰਹੇ ਸਨ ਉਦੋਂ ਇੱਕ ਸਿੱਖ ਹਰੀ ਸਿੰਘ ਮਿਸਟਰ ਜਨਾਹ ਦਾ ਸੁਣਿਆ ਲੈ ਕੇ ਆਇਆ ਜੇ ਤੁਸੀਂ ਸਿੱਖ ਪਾਕਿਸਤਾਨ ਵਿੱਚ ਆ ਜਾਵੋ ਅੰਦਰੂਨੀ ਆਜ਼ਾਦੀ ਵਾਲਾ ਪੰਜਾਬੀ ਸੂਬਾ ਤੁਹਾਨੂੰ ਦਿੱਤਾ ਜਾਵੇਗਾ ਜਿਸ ਦੀ ਹੱਦ ਚਨਾਬ ਦਰਿਆ ਤੋਂ ਲੈ ਕੇ ਮਾਰਕੰਡਾ ਦਰਿਆ ਤੱਕ ਹੋਵੇਗੀ 20% ਦੀ ਮਿਲਟਰੀ ਵਿੱਚ ਹਿੱਸਾ ਦਿੱਤਾ ਜਾਵੇਗਾ ਕਿਉਂਕਿ ਮੁਸਲਮਾਨੀ ਰਾਜਾਂ ਵਿੱਚ ਸਰਹੰਦ ਸੂਬੇ ਦੀ ਹੱਦ ਸਤਲੁਜ ਦਰਿਆ ਤੋਂ ਮਾਰਕੰਡਾ ਦਰਿਆ ਤੱਕ ਜਾਂਦੀ ਸੀ ਇਹ ਤਾਰੀਖੀ ਹੱਦ ਸੀ ਜਨਾਬ ਦਾ مشورہ ਸੀ ਇਸ صوبے ਦੇ ਸਾਰੇ ਹਿੰਦੂ ਸਿੱਖ ਬਣ ਜਾਣਗੇ ਤੇ ਤੁਹਾਡੀ صوبے ਵਿੱਚ ਬਹੁ ਗਿਣਤੀ ਹੋ ਜਾਵੇਗੀ ਉਸ ਬਣਨ ਵਾਲੇ صوبے ਦੀ ਹਿੰਦੂ ਗਿਣਤੀ 40% ਤੇ 40% ਹੀ ਮੁਸਲਮਾਨ ਗਿਣਤੀ ਬਣਦੀ ਸੀ ਸਿੱਖ 20% ਦੀ ਰਹਿ ਜਾਂਦੇ ਸਨ 20 ਤੇ 40% ਦੀ ਰਲ ਕੇ 60% ਦੀ ਹੋ ਜਾਂਦੇ ਸਨ ਇਉਂ ਸਿੱਖਾਂ ਦਾ ਬਚਾਅ ਹੁੰਦਾ ਸੀ ਗਿਆਨੀ ਕਰਤਾਰ ਸਿੰਘ ਨੇ ਅਕਾਲੀ ਮੀਟਿੰਗ ਵਿੱਚ ਸਟੈਂਡ ਰੱਖੀ ਚਲੋ ਨਿਸ਼ੰਗ ਹਿੰਦੁਸਤਾਨ ਵਿੱਚ ਜਿਵੇਂ ਤੁਸੀਂ ਜ਼ੋਰ ਦਿੰਦੇ ਹੋ ਪਰ ਮਿਸਟਰ ਜਨਾਬ ਵਾਲੀਆਂ ਰਿਆਤਾਂ ਲੈ ਕੇ ਚਲੋ ਇਸ ਤਰ੍ਹਾਂ ਸਿੱਖਾਂ ਨੂੰ ਕੌਮੀ ਸੁਰੱਖਿਆ ਮਿਲ ਜਾਵੇਗੀ ਜਥੇਦਾਰ ਊਧਮ ਸਿੰਘ ਤੇ ਮਾਸਟਰ ਤਾਰਾ ਸਿੰਘ ਦੇ ਧੜਿਆਂ ਗਿਆਨੀ ਕਰਤਾਰ ਸਿੰਘ ਦੇ ਪੈਰ ਨਾ ਲੱਗਣ ਦਿੱਤੇ ਫਿਰ ਕੁਫਸਾਦਾ ਸਮੇ ਮਾਸਟਰ ਤਾਰਾ ਸਿੰਘ ਦੇ ਭੇਜੇ ਜਥੇ ਨੇ ਹਰੀ ਸਿੰਘ ਦਾ ਪਰਿਵਾਰ ਮਰਵਾ ਘਤਿਆ ਹਰੀ ਸਿੰਘ ਆਪ ਤੇ ਇੱਕ ਉਸਦੀ ਪਰਜਾਈ ਭੱਜ ਕੇ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਜਾ ਕੇ ਮਸੀਹ ਬਚੇ ਦਾਸ ਨੇ ਇੱਕ ਯਾਤਰਾ ਵਿੱਚ ਸਰਦਾਰ ਹਰੀ ਸਿੰਘ ਨਾਲ ਮੁਲਾਕਾਤ ਕਰਕੇ ਜਾਣਕਾਰੀ ਲਈ ਸੀ ਥੋੜੇ ਸਾਲਾਂ ਪਿੱਛੋਂ ਮਾਸਟਰ ਤਾਰਾ ਸਿੰਘ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਅਤੇ ਡੇਰਾ ਸਾਹਿਬ ਗੁਰਦੁਆਰੇ ਅਖੰਡ ਪਾਠ ਕਰਵਾਇਆ ਉਦੋਂ ਮਾਸਟਰ ਤਾਰਾ ਸਿੰਘ ਨੇ ਹਰੀ ਸਿੰਘ ਪਾਸੋਂ ਮੁਆਫੀ ਮੰਗੀ ਤੇ ਆਖਿਆ ਤੂੰ ਠੀਕ ਸੋਚਦਾ ਸੀ ਅਸੀਂ ਸਾਰੇ ਗਲਤ ਸਾਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਚੁਸਤੀ ਨਾਲ ਊਧਮ ਸਿੰਘ ਲਾਣੇ ਰਾਹੀਂ ਸਾਰੀ ਅਕਾਲੀ ਪਾਰਟੀ ਨੂੰ ਨਹਿਰੂ ਦੀ ਮੁੰਨੀ ਨਾਲ ਬੰਨ੍ਹ ਕੇ ਪੰਜਾਬ ਵਿੱਚ ਇੱਕ ਤਰ੍ਹਾਂ ਸਰਬ ਸਰਬਾ ਹੋ ਗਿਆ ਇੰਗਲੈਂਡ ਗਏ ਤਿੰਨਾਂ ਕੌਮਾਂ ਦੇ ਲੀਡਰਾਂ ਨਾਲ ਅੰਗਰੇਜ਼ ਸਰਕਾਰ ਨੇ ਗੱਲ ਮੁਕਾ ਲਈ ਅੰਗਰੇਜ਼ਾਂ ਸਿੱਖਾਂ ਦਾ ਕੁਝ ਬਣਾਉਣ ਲਈ ਸਰਦਾਰ ਬਲਦੇਵ ਸਿੰਘ ਨੂੰ ਇੱਕ ਦਿਨ ਹੋਰ ਰੁਕ ਜਾਣ ਲਈ ਕਿਹਾ ਪਰ ਉਹ ਨਹਿਰੂ ਦੀ ਚੋਕ ਵਿੱਚ ਆਇਆ ਰੁਕਿਆ ਨਾ ਅੰਗਰੇਜ਼ਾਂ ਮੱਥੇ ਤੇ ਹੱਥ ਮਾਰਿਆ ਅਸੀਂ ਕੀ ਕਰ ਸਕਦੇ ਆ ਜੇ ਤੁਸੀਂ ਹਿੰਦੂਆਂ ਦੀ ਗੁਲਾਮੀ ਵਿੱਚ ਹੀ ਗਰਕਣਾ ਹੈ ਅੰਗਰੇਜ਼ ਸਰਕਾਰ ਚਾਹੁੰਦੀ ਸੀ ਇਸ ਵੰਡ ਵਿੱਚ ਸਿੱਖਾਂ ਦਾ ਬਹੁਤ ਨੁਕਸਾਨ ਹੁੰਦਾ ਏ ਤੇ ਬਣਦਾ ਕੁਝ ਵੀ ਨਹੀਂ ਬਲਦੇਵ ਸਿੰਘ ਨੂੰ ਰੋਕ ਕੇ ਉਹ ਸਿੱਖਾਂ ਦੀ ਕੌਮੀ ਸੁਰੱਖਿਆ ਕਿਸੇ ਤਰ੍ਹਾਂ ਕਾਇਮ ਕਰਨਾ ਚਾਹੁੰਦੇ ਸਨ ਪਰ ਬਲਦੇਵ ਸਿੰਘ ਨਾ ਦੂਰ ਆਦੇਸ਼ ਤੇ ਨਾ ਸਿਆਸੀ ਕਾਗ ਬਸ ਨਹਿਰੂ ਦੇ ਛੱਪੇ 'ਚ ਆ ਗਿਆ ਤੂੰ ਤਿੰਨਾਂ ਫੌਜਾਂ ਦਾ ਸਰਦਾਰ ਤੇਰੇ ਆਖੇ ਬਿਨਾ ਚਿੜੀ ਪਰ ਨਾ ਮਾਰੇ ਤੈਨੂੰ ਹੋਰ ਕੀ ਚਾਹੀਦਾ ਹੈ Nehru ਕਹਿ ਰਿਹਾ ਸੀ ਅੰਗਰੇਜ਼ਾਂ ਬੜਾ ਜ਼ੋਰ ਲਾਇਆ ਕਿਸੇ ਤਰ੍ਹਾਂ ਸਿੱਖਾਂ ਦੀ ਹਾਕਰ ਅਸੀਂ ਕੀਤੀ ਜਾਵੇ ਪਰ ਘੋਗਨਾਥ ਨੇ ਪੈਰ ਹੀ ਨਾ ਲਾਏ ਅਖੀਰ ਜਦੋਂ ਮੰਜੇ ਪੈ ਕੇ ਮਰਨ ਲੱਗਾ ਤਾਂ ਹੀ ਰੋਂਦਾ ਸੀ ਮੈਂ ਸਿੱਖਾਂ ਨੂੰ ਗੁਲਾਮ ਬਣਾ ਕੇ ਮਾਰ ਰਿਆਂ ਹਾਂ ਲਾਹਨਤ ਮੇਰੇ ਤੇ ਲਾਹਨਤ ਡੋਗਰਿਆਂ ਤੇ ਪਹਾੜਾਂ ਸਿੰਘਾਂ ਨਾਲੋਂ ਇਹ ਕਿਤੇ ਵੱਡੀ ਗਦਾਰੀ ਸੀ। ਉਹਨਾਂ ਸੇਖ ਰਾਜ ਗਵਾਇਆ ਸੀ, ਇਹਨਾਂ ਰੱਖਿਆ ਹੀ ਕੁਝ ਨਹੀਂ। ਸਾਡੇ ਆਗੂ ਹੁਣ ਤੱਕ ਲੜਨ ਮਰਨ ਲਈ ਬੱਬਰ ਸ਼ੇਰ, ਪਰ ਸਿਰੋਂ ਖਾਲੀ ਢੋਲ ਦੇ ਪੋਲ, ਦਮਗਜ਼ੇ ਮਾਰਨ ਵਾਲੇ, ਅਕਲ ਵਾਲੇ ਬੰਦਿਆਂ ਨੂੰ ਇਹਨਾਂ ਆਗੂ ਤਾਂ ਕੀ ਬਣਾਉਣਾ ਸੀ? ਪੰਜਾਬ ਅਤੇ ਪੰਥ ਦੇ ਹਿੱਤ ਵਾਲੀ ਉਸ ਦੀ ਗੱਲ ਤੱਕ ਨਹੀਂ ਮੰਨੀ। ਸਮੁੱਚੀ ਕੌਮ ਇਹਨਾਂ ਗਦਾਰ ਜਥੇਦਾਰਾਂ ਦੀ ਜਾਨ ਨੂੰ ਸਦੀਵੀ ਰੋਂਦੀ ਰਹੇਗੀ ਮੈਂ ਜਸਵੰਤ ਸਿੰਘ ਕਵਲ ਪੱਕੀ ਸ਼ਹਾਦਤ ਵਜੋਂ ਬਿਆਨ ਕਰਦਾ ਹਾਂ ਅਕਾਲੀ ਬੈਠਕਾਂ ਵਿੱਚ ਹੋਰ ਸੇਵਾਦਾਰ ਨਾਲ ਬਤੌਰ ਕਲਰਕ ਦੀ ਹیثیت ਵਿੱਚ ਇਹਨਾਂ ਦੀ ਚਾਹ ਪਾਣੀ ਨਾਲ ਸੇਵਾ ਕਰਦਾ ਰਿਹਾ ਹਾਂ ਤੇ ਇਹ ਸਭ ਘਟਨਾਵਾਂ ਮੇਰੇ ਸਾਹਮਣੇ ਵਾਪਰਦੀਆਂ ਤੇ ਵਿਚਾਰੀਆਂ ਜਾਂਦੀਆਂ ਰਹੀਆਂ ਹਨ ਦਇਆਨੰਦ ਦੇ ਫਿਰਕੂ ਪ੍ਰੈਸ ਰਾਹੀਂ ਖਿਲਾਰੇ ਕੰਡੇ ਆਜ਼ਾਦੀ ਦੇ 55 ਸਾਲਾਂ ਵਿੱਚ ਵੀ ਨਹੀਂ ਚੁਗੇ ਗਏ ਪਾਕਿਸਤਾਨ ਬਣਨ ਤੋਂ ਲੈ ਕੇ ਅੱਜ ਤੱਕ ਕੌਮਾਂ ਤੇ ਭਰਾਵਾਂ ਵਿੱਚ ਚੜੀ ਨਫ਼ਰਤ ਲਹੂ ਲੋਹਾਨ ਹੈ ਕਸ਼ਮੀਰ ਅਸਾਮ ਤੇ ਪੰਜਾਬ ਹਾਲੋਂ ਬਿਹਾਲ ਹਨ ਇਸ ਬਦ ਹਾਲੀ ਦਾ ਮੋੜ ਬੰਨਣ ਵਾਲਾ ਦੋਸ਼ੀ ਦਯਾਨੰਦ ਸੀ ਜਿਸ ਹਿੰਦੂ ਮਤ ਨੂੰ ਤਾਂ ਸਤਕਾਰਿਆ ਤੇ ਬਾਕੀ ਧਰਮਾਂ ਨੂੰ ਬੁਰੀ ਤਰ੍ਹਾਂ ਅਨਕਾਰਿਆ ਇਸ ਵਿਚਾਰਧਾਰਾ ਨੂੰ ਲਾਹੌਰ ਦੇ ਉਰਦੂ ਪ੍ਰੈਸ ਪ੍ਰਤਾਪ ਮਿਲਾਬ ਤੇ ਵੀਰ ਭਾਰਤ ਜਿਸ ਨੂੰ ਆਮ ਲੋਕ ਵੈਰ ਭਾਰਤ ਆਖਦੇ ਸਨ ਹਿੰਦੂ ਅਖਬਾਰਾਂ ਨੇ ਤੱਤੇ ਪਕੌੜੀਆਂ ਵਾਂਗ ਵੇਚਿਆ ਪ੍ਰਚਾਰਿਆ ਤੇ ਉਛਾਲਿਆ ਇਸ ਵੱਧ ਦੇ ਕੈਂਸਰ ਨੂੰ ਅੱਜ ਤੱਕ ਕਿਸੇ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਦੇਸ਼ 파ੜਦਾ ਗਿਆ ਕਤਲੇਆਮ ਵਧਦੀ ਗਈ ਖਾਸ ਤੌਰ ਤੇ ਘੱਟ ਗਿਣਤੀਆਂ ਆਏ ਦਿਨ ਲਹੂ ਲੋਹਾਨ ਹੋ ਰਹੀਆਂ ਹਨ ਕਸ਼ਮੀਰ ਪੰਜਾਬ ਅਤੇ ਅਸਾਮ ਦੀਆਂ ਪੂਰਬੀ ਰਿਆਸਤਾਂ ਘੱਲੂ ਘਾਰੇ ਚੱਲ ਰਹੀਆਂ ਹਨ ਆਪਣੇ ਜ਼ਖਮਾਂ ਦੀਆਂ ਸੂਰਾਂ ਨਾਲ ਕੁਰਾ ਰਹੀਆਂ ਹਨ ਦਰਬਾਰ ਸਾਹਿਬ ਉੱਤੇ ਹਮਲਾ ਆਪਣੀ ਹੀ ਸਰਕਾਰ ਨੇ ਆਪਣੇ ਹੀ ਦੇਸ਼ ਉੱਤੇ ਕੀਤਾ ਅਤੇ ਸ੍ਰੀ ਅਕਾਲ ਤਖਤ ਢਾ ਮਾਰਿਆ ਯਾਤਰੀਆਂ ਦੀਆਂ ਲਾਸ਼ਾਂ ਪ੍ਰਕਰਮਾਂ ਤੇ ਗੁਰੂ ਰਾਮਦਾਸ ਰਾਣੇ ਝੱਲੀਆਂ ਨਹੀਂ ਦੇਸ਼ ਦਾ ਹੋਮ ਮਨਿਸਟਰ ਨਰਸਿਮਹਾ ਰਾਓ ਕौਵਾ ਬਣਿਆ ਬਾਬਰੀ ਮਸਜਿਦ ਜਿਹੜੀ 500 ਸਾਲ ਪੁਰਾਣੀ ਸੀ ਢਹਿੰਦੀ ਵੇਖਦਾ ਰਿਹਾ ਗਿਰਜਿਆਂ ਤੇ ਧਾਵੇ ਪਾਦਰੀ ਤੇ ਉਸਦੇ ਮਾਸੂਮ ਬੱਚੇ ਗੱਡੀ ਵਿੱਚ ਸਾੜੇ ਗਏ ਦਲਤ ਭਰਾਵਾਂ ਦੀ ਕਟਾ ਵੱਡ ਦਾ ਅੰਤ شمار ਨਹੀਂ ਇਹ ਇੱਕ ਤਰ੍ਹਾਂ ਨਿਤ ਦਾ ਵਿਹਾਰ ਬਣਿਆ ਹੋਇਆ ਹੈ ਖੂਬੀ ਦੇਖੋ ਆਪਣੇ ਆਪ ਨੂੰ ਸੈਕੂਲਰ ਸਰਕਾਰ ਅਖਵਾਉਣ ਦਾ ਪ੍ਰਾਪੇਗੰਡਾ ਵੀ ਖੂਬ ਕੀਤਾ ਜਾ ਰਿਹਾ ਹੈ ਸਾਰਾ ਹਿੰਦੁਸਤਾਨ ਪੀੜੋ ਪੀੜ ਹੈ ਪਰ ਹਰ ਹਰ ਮਹਾਦੇਵ ਦੇ ਨਾਰੇ ਤਰਸ਼ੂਲਾਂ ਦੀਆਂ ਲੋਕਾਂ ਤੇ ਚੜੇ ਹੋਏ ਸਾਰਾ ਜਹਾਨ ਵੇਖ ਰਿਹਾ ਹੈ ਲੇਖਕ ਜਸਵੰਤ ਸਿੰਘ ਕਵਲ ਹਵਾਲਾ ਕੌਮੀ ਵਸੀਅਤ